ਅੱਜ ਦੀ ਵੀਡੀਓ ਵਿੱਚ ਮਾਸਟਰ ਕੇਡਰ ਪੰਜਾਬ ਟੈਟ UGC NET ਪਟਵਾਰੀ ਬੈਂਕ PCS B1 ਟੈਸਟ ਪੰਜਾਬ ਪੁਲਿਸ ਅਤੇ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਜ਼ਰੂਰੀ ਕਰੰਟ ਅਫੇਅਰ ਤੇ ਜੀਕੇ ਤੇ ਚਰਚਾ ਕਰਾਂਗੇ ਇਹ ਜਾਣਕਾਰੀ ਤੁਹਾਡੇ ਆਉਣ ਵਾਲੇ ਪੇਪਰਾਂ ਵਿੱਚ ਬਹੁਤ ਹੀ ਜ਼ਿਆਦਾ ਲਾਭਦਾਇਕ ਹੋਵੇਗੀ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਭਾਰਤ ਦੇ ਕਿਸ ਰਾਜ ਨੂੰ ਕਾਲੇ ਚੌਲਾਂ ਲਈ ਜੀਏਆਈ ਟੈਗ ਮਿਲਿਆ ਹੈ অপਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ ਮਣੀਪੁਰ ਤੁਹਾਡੇ ਦਿਮਾਗ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਜੀਏਆਈ ਟੈਗ ਹੁੰਦਾ ਕੀ ਹੈ ਜੀਏਆਈ ਦੀ ਫੁੱਲ ਫਾਰਮ ਹੈ ਜੀਓਗ੍ਰਾਫੀਕਲ ਇੰਡੀਕੇਸ਼ਨ ਇਸ ਨੂੰ ਪੰਜਾਬੀ ਵਿੱਚ ਪੰਘੋੜਕ ਸੰਕੇਤ ਕਹਿੰਦੇ ਹਨ ਇਹ ਪੰਘੋੜਕ ਸੰਕੇਤ ਉਨ੍ਹਾਂ ਉਤਪਾਦਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਕਿਸੇ ਵਿਸ਼ੇਸ਼ ਥਾਨ ਦੀ ਭਗੋਲਕ ਸਥਿਤੀ ਬਾਰੇ ਜਾਣਕਾਰੀ ਦਿੰਦੇ ਹਨ ਜਿਵੇਂ ਪੰਜਾਬ ਦੀ ਫਲਕਾਰੀ ਕਸ਼ਮੀਰ ਦਾ ਕੇਸਰ ਗੋਰਖਪੁਰ ਦਾ ਟੈਰਾਕੋਟਾ ਭਾਰਤ ਡਬਲਯੂਟੀਯੂ ਦਾ ਮੈਂਬਰ ਹੈ ਇਸ ਲਈ ਭਾਰਤ ਵਿੱਚ ਜੀਓਗ੍ਰਾਫੀਕਲ ਇੰਡੀਕੇਸ਼ਨ ਆਫ ਗoods ਐਕਟ 2003 ਵਿੱਚ ਲਾਗੂ ਕਰ ਦਿੱਤਾ ਗਿਆ ਸੀ ਸਭ ਤੋਂ ਪਹਿਲਾਂ ਦਾਰਜੀ ਲਿੰਗਰੀ ਚਾਹ ਨੂੰ ਜੀਆਈ ਟੈਗ ਦਿੱਤਾ ਗਿਆ ਸੀ ਭਾਰਤ ਵਿੱਚ ਹੁਣ ਤੱਕ 618 ਵਸਤੂਆਂ ਨੂੰ ਜੀਆਈ ਟੈਗ ਮਿਲ ਚੁੱਕਿਆ ਹੈ ਪਰੰਤੂ ਪੰਜਾਬ ਵਿੱਚ ਸਿਰਫ ਫਲਕਾਰੀ ਨੂੰ ਕਾਰਨ ਜਾਣਕਾਰੀ ਦੀ ਘਾਟ ਸਾਲ 2020 ਦਾ ਫੈਡ ਕੱਪ ਹਟ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਬਣ ਗਈ ਹੈ অপਸ਼ਨ ਤੁਹਾਡੇ ਸਾਹਮਣੇ ਹਨ ਸਹੀ ਉੱਤਰ ਸਾਣੀਆਂ ਮਿਰਜ਼ਾ ਇਸ ਅਵਾਰਡ ਦੀ ਸ਼ੁਰੂਆਤ ਆਈਟੀਐਫ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਨੇ ਸਾਲ 2009 ਤੋਂ ਕੀਤੀ ਸੀ ਇਹ ਅਵਾਰਡ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੋਏ ਸਾਨੀਆ ਮਿਰਜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਿੰਗਲ ਟੈਂਸ ਖਿਡਾਰਨ ਦੇ ਤੌਰ ਤੇ ਕੀਤੀ ਸੀ ਪਰੰਤੂ 2013 ਵਿੱਚ ਉਸ ਨੇ ਸਿੰਗਲ ਟੈਂਸ ਤੋਂ ਰਿਟਾਇਰਮੈਂਟ ਲੈ ਲਈ ਅਤੇ ਡਬਲ ਟੈਂਸ ਖੇਡਣ ਲੱਗ ਪਈ ਭਾਰਤ ਸਰਕਾਰ ਨੇ ਸਾਨੀਆ ਮਿਰਜਾ ਦੇ ਪ੍ਰਦਰਸ਼ਨ ਨੂੰ ਦੇਖ ਕੇ 2004 ਵਿੱਚ ਅਰਜਨ ਪੁਰਸਕਾਰ ਦਿੱਤਾ ਅਤੇ ਖੇਡਾਂ ਲਈ ਮੈਲੋਂ ਵਾਲਾ ਸਭ ਤੋਂ ਵੱਡਾ ਅਵਾਰਡ ਰਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਨੀਆ ਮਿਰਜ਼ਾ ਨੂੰ 2013 ਵਿੱਚ ਦਿੱਤਾ। ਸਾਨੀਆ ਮਿਰਜ਼ਾ ਦਾ ਵਿਆਹ ਪਾਕਿਸਤਾਨ ਵਿੱਚ ਹੋਇਆ ਹੈ ਪਰੰਤੂ ਉਹ ਹੁਣ ਵੀ ਭਾਰਤ ਦੀ ਮੇਜ਼ਬਾਨੀ ਕਰ ਰਹੀ ਹੈ। ਪੰਜਾਬ ਦੇ ਕਿਸ ਮੰਤਰੀ ਨੇ ਸਭ ਤੋਂ ਵੱਧ ਵਾਰ ਪੰਜਾਬ ਦਾ ਸਲਾਨਾ ਬਸਟ ਪੇਸ਼ ਕੀਤਾ ਹੈ? ਆਪਸ਼ਨ ਆ ਤੁਹਾਡੇ ਸਾਹਮਣੇ ਹਨ। ਸਹੀ ਉੱਤਰ ਮਨਪ੍ਰੀਤ ਸਿੰਘ ਬਾਦਲ। ਮਨਪ੍ਰੀਤ ਸਿੰਘ ਬਾਦਲ ਜੀ ਦੋ ਵਾਰ ਪੰਜਾਬ ਦੇ ਵਿੱਤ ਮੰਤਰੀ ਬਣ ਚੁੱਕੇ ਹਨ। ਮਨਪ੍ਰੀਤ ਸਿੰਘ ਬਾਦਲ ਜੀ ਮੌਜੂਦਾ ਸਮੇਂ ਪੰਜਾਬ ਦੇ ਵਿੱਤ ਮੰਤਰੀ ਹਨ ਅਤੇ ਪਹਿਲੀ ਵਾਰ ਇਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਪੰਜਾਬ ਦੇ ਵਿੱਤ ਮੰਤਰੀ ਬਣੇ ਸਨ ਮਨਪ੍ਰੀਤ ਸਿੰਘ ਬਾਦਲ ਜੀ ਹੁਣ ਤੱਕ 5 ਵਾਰ ਐਮਐਲਏ ਬਣ ਚੁੱਕੇ ਹਨ 15 ਮਈ ਨੂੰ ਮਨਪ੍ਰੀਤ ਸਿੰਘ ਬਾਦਲ ਜੀ ਦੇ ਪਿਤਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਾਈ ਗੁਰਦਾਸ ਸਿੰਘ ਬਾਦਲ ਜੀ 99 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ ਜੋ ਬਿਮਾਰ ਹੋਣ ਕਰਕੇ ਮਹੱਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ ਮੌਜੂਦਾ ਸਮੇਂ ਸੁਪਰੀਮ ਕੋਰਟ ਦਾ ਮੁੱਖ ਜੱਜ ਕੌਣ ਹੈ অপਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ ਸ਼ਰਦ ਅਰਵਿੰਦ ਬੋਬੜੇ ਸ਼ਰਦ ਅਰਵਿੰਦ ਬੋਬੜੇ ਜੀ ਸੁਪਰੀਮ ਕੋਰਟ ਦੇ 47ਵੇਂ ਮੁੱਖ ਜੱਜ ਹਨ ਜਿਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੁਆਰਾ ਕੀਤੀ ਗਈ ਹੈ ਵਰਤਮਾਨ ਸਮੇਂ ਸੁਪਰੀਮ ਕੋਰਟ ਵਿੱਚ 34 ਜੱਜ ਹਨ ਸੁਪਰੀਮ ਕੋਰਟ ਦਾ ਜੱਜ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਉੱਤੇ ਰਹਿ ਸਕਦਾ ਹੈ ਸੁਪਰੀਮ ਕੋਰਟ ਦੀ ਸਥਾਪਨਾ 1 ਅਕਤੂਬਰ 1937 ਵਿੱਚ ਹੋਈ ਸੀ ਸੁਪਰੀਮ ਕੋਰਟ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਤਿਲਕ ਮਾਰਗ ਉੱਤੇ ਸਥਿਤ ਹੈ ਜੇਕਰ ਭਾਰਤ ਦੇ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਕਿਸੇ ਕਾਰਨ ਕਰਕੇ ਆਪਣੀ ਡਿਊਟੀ ਉੱਤੇ ਹਾਜ਼ਰ ਨਾ ਹੋਣ ਤਾਂ ਉਹਨਾਂ ਦੀ ਗੈਰ ਹਜ਼ਰੀ ਵਿੱਚ ਸੁਪਰੀਮ ਕੋਰਟ ਦਾ ਜੱਜ ਹੀ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ ਅੰਤਰਰਾਸ਼ਟਰੀ ਸੰਗਠਨ ਆਈ ਐਲਓ ਦੀ ਫੁੱਲ ਫਾਰਮ ਕੀ ਹੈ ਆਪਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਅੰਤਰਰਾਸ਼ਟਰੀ ਵਪਾਰ ਸੰਗਠਨ ਇਸ ਸੰਗਠਨ ਦੀ ਸਥਾਪਨਾ 29 ਅਕਤੂਬਰ 1919 ਵਿੱਚ ਹੋਈ ਸੀ ਇਸ ਦਾ ਮੁੱਖ ਦਫ਼ਤਰ 스ਵਿਟੇਰਲੈਂਡ ਦੇ ਜਨੇਵਾ ਸ਼ਹਿਰ ਵਿੱਚ ਹੈ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਸੰਯੁਕਤ ਰਾਸ਼ਟਰ ਦੀ ਇੱਕ ਸ਼ਾਖਾ ਹੈ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਵਿੱਚੋਂ 187 ਮੈਂਬਰ ਦੇਸ਼ ਇਸ ਦੇ ਮੈਂਬਰ ਹਨ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦਾ ਮੁੱਖ ਕੰਮ ਕੀ ਹੈ ਇਸ ਦਾ ਮੁੱਖ ਮਕਮ ਹੈ ਸੰਸਾਰ ਦੇ ਸਾਰੇ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਕਰਨਾ ਉਹਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਉਹਨਾਂ ਦੀ ਇਨਕਮ ਨੂੰ ਵਧਾਉਣਾ ਮਜ਼ਦੂਰਾਂ ਲਈ ਸਿਹਤ ਸਹੂਲਤਾਂਵਾਂ ਪ੍ਰਦਾਨ ਕਰਨੀਆਂ ਮਜ਼ਦੂਰਾਂ ਦੇ ਪਰਿਵਾਰਾਂ ਅਤੇ ਬੱਚਿਆਂ ਲਈ ਨਵੀਆਂ-ਨਵੀਆਂ ਸਹੂਲਤਾਂਵਾਂ ਲਿਆਉਣੀਆਂ ਵੀਡੀਓ ਵਿੱਚ ਦਿਖ ਰਹੇ ਗਾਈ ਰਾਈਡਰ ਵਰਤਮਾਨ ਸਮੇਂ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਮੁਖੀ ਹਨ ਪਲਾਟ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮੈਲਾ ਕੌਣ ਸੀ অপਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ ਕਲਪਨਾ ਚਾਵਲਾ ਕਲਪਨਾ ਚਾਵਲਾ ਦਾ ਜਨਮ ਹਰਿਆਣੇ ਦੇ ਕਰਨਾਲ ਵਿੱਚ ਹੋਇਆ ਸੀ ਕਲਪਨਾ ਚਾਵਲਾ ਇੱਕ ਖੁਸ਼ਿਆਰ ਵਿਦਿਆਰਥਣ ਸੀ ਜਿਸ ਨੂੰ 1988 ਵਿੱਚ NASA ਨੇ ਆਪਣੀ ਪ੍ਰਯੋਗਸ਼ਾਲਾ ਵਿੱਚ ਕਲਪਨਾ ਚਾਵਲਾ ਨੂੰ ਸ਼ਾਮਲ ਕਰ ਲਿਆ ਇੱਥੇ ਰਹਿ ਕੇ ਉਸਨੇ ਬਹੁਤ ਹੀ ਲਗਨ ਅਤੇ ਮਿਹਨਤ ਨਾਲ रिसर्च ਕੀਤੀ ਕਲਪਨਾ ਚਾਵਲਾ ਦੀ ਮੀਨਤ ਨੂੰ ਦੇਖਦੇ ਹੋਏ ਅੰਤਰਿਕਸ਼ ਵਿੱਚ ਭੇਜੀ ਜਾਣ ਵਾਲੀ 15 ਮੈਂਬਰੀ ਟੀਮ ਵਿੱਚ ਉਸ ਨੂੰ ਸ਼ਾਮਲ ਕਰ ਲਿਆ ਨਾਸਾ ਨੇ ਸਿਰਫ 6 ਵਿਅਕਤੀਆਂ ਨੂੰ ਪਲਾੜ ਵਿੱਚ ਭੇਜਣਾ ਸੀ ਜਿਸ ਵਿੱਚ ਕਲਪਨਾ ਚਾਵਲਾ ਨੂੰ ਸ਼ਾਮਲ ਕਰ ਲਿਆ ਗਿਆ ਜਦੋਂ 1997 ਵਿੱਚ ਕਲਪਨਾ ਚਾਵਲਾ ਪਹਿਲੀ ਵਾਰੀ ਅੰਤਰਿਕਸ਼ ਵਿੱਚ ਗਈ ਤਾਂ ਉਹ ਅੰਤਰਿਕਸ਼ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਉਸ ਨੇ 15 ਦਿਨ ਅਤੇ 12 ਘੰਟੇ ਅੰਤਰਿਕਸ਼ ਵਿੱਚ ਬਤਾਏ ਦੂਸਰੀ ਵਾਰ ਕਲਪਨਾ ਚਾਵਲਾ 2003 ਵਿੱਚ ਅੰਤਰਿਕਸ਼ ਵਿੱਚ ਗਈ ਅੰਤਰਿਕਸ਼ ਵਿੱਚੋਂ ਵਾਪਸ ਮੁੜਦੇ ਸਮੇਂ ਕਲਪਨਾ ਚਾਵਲਾ ਦੀ ਮੌਤ ਹੋ ਗਈ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਅਵਾਰਡ ਕਿਹੜਾ ਹੈ ਆਪਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ ਭਾਰਤ ਰਤਨ ਇਸ ਪੁਰਸਕਾਰ ਦੀ ਸ਼ੁਰੂਆਤ 2 ਜਨਵਰੀ 1950 54 ਵਿੱਚ ਹੋਈ ਸੀ ਹੁਣ ਤੱਕ 48 ਵਿਅਕਤੀਆਂ ਨੂੰ ਇਹ ਪੁਰਸਕਾਰ ਦਿੱਤਾ ਜਾ ਚੁੱਕਿਆ ਹੈ 1954 ਵਿੱਚ ਇਹ ਅਵਾਰਡ ਸਭ ਤੋਂ ਪਹਿਲਾਂ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਸਰਪੱਲੀ ਰਾਧਾਕ੍ਰਿਸ਼ਨਨ ਆਜ਼ਾਦ ਭਾਰਤ ਦੇ ਪਹਿਲੇ ਅਤੇ ਆਖਰੀ ਭਾਰਤੀ ਗਵਰਨਰਲ ਜਰਨਲ ਸੀ ਰਾਜਗਪਾਲ ਚਾਰਿਆ ਅਤੇ ਸੀ ਵੀ ਰਮਨ ਵਿਗਿਆਨੀ ਨੂੰ ਦਿੱਤਾ ਗਿਆ ਇਹ ਪੁਰਸਕਾਰ ਆਮ ਤੌਰ ਤੇ ਤਿੰਨ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ 2019 ਦਾ ਭਾਰਤ ਰਤਨ ਪੁਰਸਕਾਰ ਸਮਾਜ ਸੇਵਕ ਨਾਨਾਜੀ ਦੇਸ਼ਮukh ਗੀਤਕਾਰ ਪੂਪੈਨ ਹਯਾਰਕਾ ਅਤੇ ਭਾਰ ਦੇ ਸਾਬਕਾ ਰਾਸ਼ਟਰਪਤੀ ਪਰਨਮ ਮਖਰਜੀ ਨੂੰ ਦਿੱਤਾ ਗਿਆ ਵੀਡੀਓ ਵਿੱਚ ਖੱਬੇ ਪਾਸੇ ਤੁਸੀਂ ਇਹਨਾਂ ਦੀ ਤਸਵੀਰ ਦੇਖ ਸਕਦੇ ਹੋ ਐਲ ਪੀਜੀ ਸਿਲੰਡਰ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ অপਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ 프로ਪੇਨ ਅਤੇ ਬਿਊਟੇਨ ਕੀ ਤੁਹਾਨੂੰ LPG ਦੀ ਫੁੱਲ ਫਾਰਮ ਪਤਾ ਹੈ ਲਿਕਵਿਡ ਪੈਟਰੋਲੀਅਮ ਗੈਸ ਅਸੀਂ ਘਰਾਂ ਵਿੱਚ ਜਿਹੜਾ ਸਿਲੰਡਰ ਵਰਤਦੇ ਹਾਂ ਉਸ ਦੀ ਇੱਕ ਐਕਸਪਾਇਰੀ ਡੇਟ ਹੁੰਦੀ ਹੈ ਇਸ ਦੀ ਜਾਣਕਾਰੀ ਬਹੁਤ ਘੱਟ ਵਿਅਕਤੀਆਂ ਨੂੰ ਹੋਵੇਗੀ ਜੇਕਰ ਤੁਸੀਂ ਇਹ ਐਕਸਪਾਇਰੀ ਡੇਟ ਚੈੱਕ ਕਰਨੀ ਹੋਏ ਤਾਂ ਤਸਵੀਰ ਵਿੱਚ ਦੇਖੋ ਇੱਥੇ ਐਕਸਪਾਇਰੀ ਡੇਟ ਲਿਖੀ ਹੋਈ ਹੈ ਤੁਸੀਂ ਆਪਣੇ ਘਰ ਰਸੋਈ ਗੈਸ ਦੀ ਐਕਸਪਾਇਰੀ ਡੇਟ ਚੈੱਕ ਕਰ ਸਕਦੇ ਹੋ ਵੋਟਾਂ ਸਮੇ ਤੁਹਾਡੀ ਉਂਗਲੋ ਤੇ ਕਿਹੜੀ ਸ਼ਾਹੀ ਲਾਈ ਜਾਂਦੀ ਹੈ অপਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ ਸਿਲ버 ਨਾਈਟਰੇਟ ਭਾਰਤ ਵਿੱਚ ਵਰਤਮਾਨ ਸਮੇ ਕਿੰਨੇ ਕੇਂਦਰ ਸ਼ਾਸਤ ਪ੍ਰਦੇਸ਼ ਹਨ অপਸ਼ਨ ਆ ਤੁਹਾਡੇ ਸਾਹਮਣੇ ਹਨ ਸਹੀ ਉੱਤਰ 8 ਭਾਰਤ ਵਿੱਚ ਵਰਤਮਾਨ ਸਮੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ ਜੰਮੂ ਕਸ਼ਮੀਰ ਲद्दाख ਚੰਡੀਗੜ੍ਹ ਦਿੱਲੀ ਪੌਂਡੀਚੇਰੀ ਅੰਡੋਮਾਨ ਨਿਕੋਬਰ ਦਾਦਰਾ ਨਗਰ ਹਵੇਲੀ ਤੇ ਦਮਨ ਦਿਉ ਲਕਸ਼ਦੀਪ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਪ੍ਰਬੰਧ ਸਿੱਧਾ ਭਾਰਤ ਸਰਕਾਰ ਦੇ ਅਧੀਨ ਹੁੰਦਾ ਹੈ ਪਰੰਤੂ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦਿੱਲੀ ਅਤੇ ਪੰਡੀਚੇਰੀ ਅਜਿਹੇ ਹਨ ਜਿੱਥੇ ਮੁੱਖ ਮੰਤਰੀ ਚੁਣਿਆ ਜਾਂਦਾ ਹੈ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟਰੀ ਵਾਲਾ ਬਟਨ ਦਬਕ ਕੇ ਆਲਤੇ ਕਲਿੱਕ ਕਰ ਦਿਓ ਤਾਂ ਜੋ ਅਗਲੀ ਕਰੰਟ ਜੀਕੇ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ